ਸਸ਼ੀਕਲ ਹਰਪ੍ਰੀਤ ਸਿੰਘ ਜੀ, ਤੁਹਾਨੂੰ ਪੁੱਛਣਾ ਸੀ, ਤੁਸੀਂ ਦੱਸੋ ਕਿ ਤੁਹਾਡਾ ਕੈਂਪੇਨ ਕਿਸ ਤਰ੍ਹਾਂ ਚੱਲ ਰਿਹਾ ਹੈ? ਹਾਂਜੀ, ਬਹੁਤ ਵਧੀਆ ਚੱਲ ਰਿਹਾ ਜੀ। ਐਕਚੁਅਲੀ ਬਿਯੋਂਡ ਐਕਸਪੈਕਟੇਸ਼ਨ ਮੈਂ ਕਹਾਂਗਾ, ਮੈਨੂੰ ਇੰਨੀ ਆਸ ਨਹੀਂ ਸੀ ਕਿ ਇੰਨਾ ਪਿਆਰ ਸਤਿਕਾਰ ਜੋ ਹੈ ਲੋਕ ਦੇਣਗੇ। ਮੈਨੂੰ ਬੜਾ ਮਾਣ ਹੈ ਕਿ ਮੈਂ 19,000 ਘਰ ਆਪ ਜਾ ਕੇ ਡੋਰ ਨੌਕ ਕੀਤੇ ਸਰੀ ਨਿਊਟਨ ਦੇ ਵਿੱਚ, ਅਤੇ ਜਿੱਥੇ ਵੀ ਗਿਆ ਉੱਥੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਜੀ। ਸੋ ਆਈ ਐਮ ਵੈਰੀ ਸੈਟਿਸਫਾਈਡ। ਤੁਹਾਨੂੰ ਇੱਥੇ ਦੇ ਮੇਨ ਮੁੱਦੇ ਕੀ ਲੱਗਦੇ ਨੇ? ਇੱਥੋਂ ਦੇ ਮੇਨ ਮੁੱਦੇ ਜਿਹੜੇ ਜ਼ਿਆਦਾਤਰ ਲੋਕਾਂ ਦੇ ਸਾਹਮਣੇ ਲਿਆਉਂਦੇ ਉਹ ਹੈ ਕ੍ਰਾਈਮ ਦਾ ਮੁੱਦਾ। ਦੂਸਰਾ ਮੁੱਦਾ ਜਿਹਦੇ ਬਾਰੇ ਲੋਕ ਗੱਲ ਕਰ ਰਹੇ ਨੇ ਉਹ ਹੈ ਕਿ ਇੱਥੇ ਡਰੱਗਸ ਦੀ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਸੋ ਜਿੱਥੇ ਕ੍ਰਾਈਮ ਦੀ ਗੱਲ ਕਰਦੇ ਹੈਗੇ ਹਾਂ, ਸਾਨੂੰ ਬੜਾ ਮਾਣ ਹੈ ਕਿ ਸਰੀ ਨਿਊਟਨ ਦੇ ਵਿੱਚ ਅਸੀਂ ਇਹ ਸਮਝਦੇ ਹਾਂ, ਸਾਡੀ ਪਾਰਟੀ ਕਹਿੰਦੀ ਹੈ ਕਿ ਸਿਰਫ ਪੁਲਿਸ ਲਿਆਉਣ ਵਾਲੀ ਸਿਚੁਏਸ਼ਨ ਸੋਲਵ ਨਹੀਂ ਹੋਏਗੀ, ਪ੍ਰੀਵੈਂਟਿਵ ਮੈਸ਼ਰਸ ਦੀ ਵੀ ਲੋੜ ਹੈ। ਸਰਕਾਰ ਨੂੰ $3.5 million ਦਿੱਤੇ ਗਏ ਸਰੀ ਸਕੂਲ ਡਿਸਟ੍ਰਿਕਟ ਨੂੰ ਕਿ ਬੱਚਿਆਂ ਨੂੰ ਗੈਂਗਸ ਵਿੱਚ ਰੋਕਣ ਲਈ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ। ਉਸ ਤੋਂ ਇਲਾਵਾ 100 ਪੁਲਿਸ ਅਫਸਰ ਵਾਅਦਾ ਕੀਤਾ ਗਿਆ ਸੀ, ਜਿਹਦੇ ਵਿੱਚ ਕੋਈ 52 ਤੋਂ ਵੱਧ ਅਫਸਰ ਜਿਹੜੇ ਹੈਗੇ ਨੇ ਇੱਥੇ ਆ ਚੁੱਕੇ ਹੈਗੇ ਨੇ। ਅਤੇ ਉਸਦੇ ਨਾਲ ਨਾਲ ਮੇਰਾ ਇਹ ਸਮਝਣਾ ਕਿ ਕਮਿਊਨਿਟੀ ਨੂੰ ਇਨਵੋਲਵ ਕਰਨਾ ਪਏਗਾ। ਮੈਂ ਸਮਝਣਾ ਕਿ ਇੰਟੀਗ੍ਰੇਸ਼ਨ ਸਹੀ ਤਰੀਕੇ ਨਾਲ ਨਹੀਂ ਹੋ ਰਹੀ, ਅਨਫੋਰਚੁਨੇਟ ਅਸੀਂ ਜਿਹੜੇ ਕਕੂਨਸ ਵਿੱਚ ਰਹਿ ਰਹੇ ਹੈਗੇ ਹਾਂ ਉਹਦੇ ਕਰਕੇ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇ। ਬੜੀਆਂ ਮਿਸਕਨਸੈਪਸ਼ਨਸ ਨੇ ਦੂਸਰੀ ਕਮਿਊਨਿਟੀਜ਼ ਬਾਰੇ, ਆਪਣੇ ਬੱਚੇ ਇੰਡੋ ਕੈਨੇਡੀਅਨ ਗੈਂਗ, ਸੋਮਾਲੀਅਨ ਗੈਂਗਸ, ਹੋਰ ਬਹੁਤ ਸਾਰੇ ਗੈਂਗਸ ਜਿਹੜੇ ਨੇ ਬਣੇ ਪਏ ਨੇ, ਅਤੇ ਅਸੀਂ ਆਪ ਵੀ ਰਲ ਕੇ ਜਦ ਤੱਕ ਅੱਗੇ ਨਹੀਂ ਆਵਾਂਗੇ ਇਸ ਸਿਚੁਏਸ਼ਨ ਨੂੰ ਸੋਲਵ ਕਰਨ 'ਚ ਅਸੀਂ ਸਹਾਈ ਨਹੀਂ ਹੋਵਾਂਗੇ। ਪਰ ਮੈਨੂੰ ਬੜਾ ਮਾਣ ਹੈ ਕਿ ਇਕੱਲੀ ਕੰਜ਼ਰਵੇਟਿਵ ਪਾਰਟੀ ਹੀ ਹੈ ਜਿਹੜੀ ਕਹਿੰਦੀ ਹੈ ਕਿ ਕਾਨੂੰਨ ਸਖਤ ਕੀਤੇ ਜਾਣ ਉਹਨਾਂ ਲੋਕਾਂ ਵਾਸਤੇ ਜਿਹੜੇ ਜੁਰਮ ਕਰਦੇ ਨੇ। ਲੇਕਿਨ ਇਸ ਸਮੇਂ ਜੋ ਕਾਨੂੰਨ ਦੇ ਹਾਲਾਤ ਨੇ, ਇਹ ਬੜੀ ਹੈਰਾਨੀ ਹੁੰਦੀ ਹੈ ਕਿ ਇੱਕ ਸਰਕਾਰ ਨੇ 60 ਬਿੱਲਸ ਐਸੇ ਪੇਸ਼ ਕੀਤੇ ਪਾਰਲੀਮੈਂਟ ਵਿੱਚ ਜਿਨ੍ਹਾਂ ਵਿੱਚ ਕਿ ਸਖਤ ਕਾਨੂੰਨਾਂ ਦੀ ਅਸੀਂ ਗੱਲ ਕੀਤੀ ਸੀ, ਲੇਕਿਨ ਜ਼ਿਆਦਾਤਰ NDP ਅਤੇ ਲਿਬਰਲਸ ਨੇ ਉਸਨੂੰ ਅਪੋਜ਼ ਕੀਤਾ, ਉਹਦੇ ਖਿਲਾਫ ਵੋਟਾਂ ਪਾਈਆਂ। ਅਗੇਨ ਇੱਥੇ ਵੀ ਹੈਰਾਨੀ ਹੁੰਦੀ ਕਿ ਜਿੱਥੇ ਜਿੰਨੀ ਸਿਮਸ ਆਪੋਜੀਸ਼ਨ ਦੇ ਜਿਹੜੇ ਸਾਡੇ MP ਹੈਗੇ ਨੇ ਇਸ ਸਮੇਂ, ਉਹ ਪਾਰਲੀਮੈਂਟ ਵਿੱਚ ਤਾਂ ਇਹਨਾਂ ਬਿੱਲਾਂ ਦੇ ਖਿਲਾਫ ਵੋਟ ਪਾਉਂਦੇ ਨੇ, ਪਰ ਜਦੋਂ ਇੱਥੇ ਆਉਂਦੇ ਨੇ ਤਾਂ ਕਹਿੰਦੇ ਨੇ ਸਰਕਾਰ ਕੁਝ ਕਰ ਨਹੀਂ ਰਹੀ। ਸੋ ਇਸ ਕਰਕੇ ਲੋਕਾਂ ਨੂੰ ਚੇਤਨ ਹੋਣਾ ਪਏਗਾ ਕਿ ਅਸੀਂ ਅਕਾਊਂਟੇਬਲ ਬਣਾਈਏ ਪੋਲੀਟੀਸ਼ੀਅਨਸ ਨੂੰ, ਜਿਹੜੀ ਮਰਜ਼ੀ ਪਾਰਟੀ ਨੂੰ ਅਸੀਂ ਬਿਲੋਂਗ ਕਰਨੇ ਹਾਂ, ਪਰ ਜਦੋਂ ਲੋਕਾਂ ਦੀ ਗੱਲ ਆਉਂਦੀ ਹੈ, ਖਾਸ ਤੌਰ 'ਤੇ ਕ੍ਰਾਈਮ ਦੀ ਗੱਲ ਆਉਂਦੀ ਹੈ, ਤਾਂ ਕਿਉਂ ਨਹੀਂ ਸਾਨੂੰ ਸਖਤ ਕਾਨੂੰਨ ਬਣਾਉਣ ਦੀ ਲੋੜ, ਜਿੱਥੇ ਕਿ ਜਿਹੜੇ ਲੋਕ ਜੁਰਮ ਕਰਦੇ ਨੇ ਉਹਨਾਂ ਨੂੰ ਡਰ ਹੋਵੇ, ਅਤੇ ਕੰਜ਼ਰਵੇਟਿਵ ਪਾਰਟੀ ਦਾ ਰੈਕਡ ਜਿਹੜਾ ਹੈ ਬੜਾ ਕਲੀਅਰ ਹੈ। ਅਸੀਂ ਕਹਿੰਦੇ ਹਾਂ ਕਿ ਕਲਪ੍ਰਿਟਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਅਤੇ ਜਿਹੜਾ ਆਮ ਵਿਅਕਤੀ ਹੈ ਉਸ ਲਈ ਸੁਰੱਖਿਆ ਵਧਣੀ ਚਾਹੀਦੀ ਹੈ। ਤੁਹਾਡੀ ਪਾਰਟੀ ਨੂੰ ਰੇਸਿਸਟ ਕਿਹਾ ਜਾਂਦਾ ਹੈ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿੱਲ C-24, C-51 ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਦੇਖੋ, ਇਹ ਇੱਕ ਆਪੋਜੀਸ਼ਨ ਵੱਲੋਂ ਜਿਹੜੀ ਚਾਲ ਚੱਲੀ ਜਾ ਰਹੀ ਹੈ ਲੋਕਾਂ ਨੂੰ ਗੁੰਮਰਾਹ ਕਰਨ ਦੀ, ਇਹ ਬੜੀ ਅਫਸੋਸ ਦੀ ਗੱਲ ਹੈਗੀ ਹੈ। ਸਾਨੂੰ ਬੜਾ ਮਾਣ ਹੈ, ਅਤੇ ਖਾਸ ਤੌਰ ਉੱਤੇ ਮੈਂ ਇੱਕ ਦਸਤਾਰ ਸਜਾਨਾ, ਮੈਨੂੰ ਬੜਾ ਮਾਣ ਹੈ ਸਿੱਖ ਹੋਣ ਦੇ ਨਾਤੇ, ਅਤੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਮੈਂ ਹੈਗਾ। ਪਹਿਲਾ ਮੁਸਲਿਮ MP ਕੰਜ਼ਰਵੇਟਿਵ ਪਾਰਟੀ ਦਾ, ਪਹਿਲਾ ਹਿੰਦੂ MP ਕੰਜ਼ਰਵੇਟਿਵ ਪਾਰਟੀ ਦਾ, ਪਹਿਲਾ ਸਿੱਖ ਟਰਬਨ ਜਿਹੜਾ ਹੈਗਾ, ਜਿਹੜਾ ਕਿ ਮਿਨਿਸਟਰ ਬਣਾਇਆ ਗਿਆ ਆਊਟ ਆਫ ਇੰਡੀਆ, ਉਹ ਵੀ ਕੰਜ਼ਰਵੇਟਿਵ ਪਾਰਟੀ ਤੋਂ ਹੈ। ਉਸ ਤੋਂ ਇਲਾਵਾ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਹ ਪਾਰਟੀ ਇਨਕਲੂਸਿਵ ਹੈ, ਸਾਡੀ ਵੈਲਿਊਜ਼ ਇਸ ਪਾਰਟੀ ਨਾਲ ਮੈਚ ਕਰਦੀਆਂ ਨੇ, ਇਕੱਲੀ ਪਾਰਟੀ ਹੈ ਜਿਹੜੀ ਕਹਿੰਦੀ ਹੈ ਕਿ ਭੰਗ ਨੂੰ ਲੀਗਲਾਈਜ਼ ਨਾ ਕਰੋ। ਕੀ ਐਜ਼ ਪੇਰੈਂਟਸ ਅਸੀਂ ਚਾਹਵਾਂਗੇ? ਮੈਂ ਤਾਂ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਦੁਕਾਨਾਂ ਖੁੱਲ੍ਹ ਜਾਣ ਜਿੱਥੇ ਜਾ ਕੇ ਇਹ ਮੈਰੀਓਨਾ ਜੋ ਹੈ ਉਸਨੂੰ ਈਜ਼ਲੀ ਲੈ ਸਕਣ। ਸੋ ਇਹ ਸਰਾਸਰ ਇੱਕ ਇਲਜ਼ਾਮ ਹੈ, ਪਰ ਵੋਟਾਂ ਦੀ ਖਾਤਰ ਇਹ ਨਹੀਂ ਕਰਨਾ ਚਾਹੀਦਾ, ਕਿਉਂਕਿ ਅਸੀਂ ਸਭ ਕੈਨੇਡੀਅਨਸ ਹਾਂ, ਅਤੇ ਕੰਜ਼ਰਵੇਟਿਵ ਪਾਰਟੀ ਬਿਲੀਵ ਕਰਦੀ ਹੈ ਮਲਟੀਕਲਚਰਲਿਜ਼ਮ ਵਿੱਚ, ਅਤੇ ਇਸ ਨੂੰ ਉਤਸ਼ਾਹਿਤ ਕਰਦੀ ਹੈ। ਸੋ ਇਸ ਕਰਕੇ ਕਿਤੇ ਵੀ ਕੋਈ ਰੈਕਡ ਸਾਡੇ ਸਾਹਮਣੇ ਨਹੀਂ ਆਉਂਦਾ ਕਿ ਇਹ ਦੋਸ਼ ਜੋ ਹੈ ਸਾਡੇ 'ਤੇ ਲਾਇਆ ਜਾਵੇ। ਅਗੇਨ, ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੈਨੇਡੀਅਨ ਅੰਬੈਸੀ ਹੈ, ਇਸ ਸਰਕਾਰ ਨੇ 5 ਕਕਾਰ ਜਿਹੜੇ ਨੇ ਉਹਨਾਂ ਨੂੰ ਮਾਨਤਾ ਦਿੱਤੀ। ਕਿਸੇ ਵੀ ਅੰਬੈਸੀ ਵਿੱਚ ਤੁਸੀਂ 5 ਕਕਾਰ ਪਾ ਕੇ ਜਾ ਸਕਦੇ ਹੋ। ਉਸ ਤੋਂ ਇਲਾਵਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਖਾਸ ਤੌਰ ਉੱਤੇ ਸਿੱਖਾਂ ਨੂੰ ਇਹ ਕਿਹਾ, ਜਦੋਂ ਉਹ ਭਾਰਤ ਵੀ ਗਏ ਸੀ ਅਤੇ ਸਿੱਖਾਂ ਦੇ ਬਾਰੇ ਕੁਝ ਗਲਤ ਅਲਫਾਜ਼ ਵਰਤੇ ਗਏ ਸੀ, ਤਾਂ ਉਹਨਾਂ ਨੇ ਕਿਹਾ ਸੀ ਕਿ ਸਿੱਖ ਜੋ ਹਨ ਇਹ ਮਿਹਨਤਕਸ਼ ਲੋਕ ਨੇ, ਅਤੇ ਅਸੀਂ ਉਹਨਾਂ ਦੀ ਕਦਰ ਕਰਦੇ ਹਾਂ। ਸੋ ਹਮੇਸ਼ਾ ਹੀ ਸਾਰੀ ਹੀ ਇਹ ਭਾਵੇਂ ਸਿੱਖ ਹੋਏ, ਹਿੰਦੂ ਹੋਏ, ਮੁਸਲਮਾਨ ਹੋਏ ਜਾਂ ਕ੍ਰਿਸਚਨ ਹੋਏ, ਅਸੀਂ ਕੈਨੇਡੀਅਨ ਹਾਂ, ਅਤੇ ਇਹ ਪਾਰਟੀ ਇਸ ਚੀਜ਼ 'ਤੇ ਬਿਲੀਵ ਕਰਦੀ ਹੈ ਕਿ ਸਾਨੂੰ ਸਭ ਨੂੰ ਸਟਰੋਂਗ ਕੈਨੇਡਾ ਜੋ ਹੈ ਬਣਾਉਣਾ ਚਾਹੀਦਾ ਹੈ। ਜਿੱਥੇ ਤੁਸੀਂ ਗੱਲ ਕੀਤੀ ਬਿੱਲ C-24 ਦੀ, ਇਹਦੇ ਬਾਰੇ ਵੀ ਬਹੁਤ ਸਾਰੀ ਗਲਤ ਅਫਵਾਹਾਂ ਜਿਹੜੀਆਂ ਫੈਲਾਈਆਂ ਜਾ ਰਹੀਆਂ ਨੇ ਕਿ ਬਿੱਲ C-24 ਨਾਲ ਅਸੀਂ ਦੂਸਰੇ ਦਰਜੇ ਦੇ ਨਾਗਰਿਕ ਬਣ ਜਾਵਾਂਗੇ। ਪਹਿਲੀ ਗੱਲ ਤਾਂ ਇਹ ਹੈਗੀ ਹੈ ਜੀ ਕਿ ਇਹ ਬਿੱਲ ਆਮ ਵਿਅਕਤੀ 'ਤੇ ਲਾਗੂ ਨਹੀਂ ਹੁੰਦਾ। ਕੀ ਇੱਕ ਦੇਸ਼ ਨੂੰ ਹੱਕ ਨਹੀਂ ਹੈ ਕਿ ਆਪਣੇ ਲੋਕਾਂ ਦੀ ਸੁਰੱਖਿਆ ਵਾਸਤੇ ਉਹ ਐਸੇ ਬਿੱਲ ਲੈ ਕੇ ਆਏ ਜਿਸ ਨਾਲ ਕਿ ਜਿਹੜੇ ਲੋਕ 3 ਕੈਟੇਗਰੀਜ਼ ਦੇ ਜਿਹੜੇ ਇਫੈਕਟ ਹੁੰਦੇ ਨੇ ਇਹਦੇ ਨਾਲ? ਪਹਿਲਾਂ ਮੈਂ ਉਹ ਦੱਸਣਾ ਚਾਹਾਂਗਾ। ਪਹਿਲਾਂ ਤਾਂ ਉਹ ਲੋਕ ਜਿਹੜੇ ਅਤਿਵਾਦੀ ਨੇ, ਜਿਨ੍ਹਾਂ ਨੂੰ ਕਨਵਿਕਟ ਕੀਤਾ ਗਿਆ, ਕਨਵਿਕਟਡ ਟੈਰਰਿਸਟ ਇਸ ਦੇ ਵਿੱਚ ਆਉਂਦੇ ਨੇ। ਨੰਬਰ 2, ਉਹ ਵਿਅਕਤੀ ਜਿਹੜੇ ਸਾਡੇ ਕੈਨੇਡੀਅਨ ਫੌਜੀਆਂ ਦੇ ਖਿਲਾਫ ਜੰਗ ਲੜਦੇ ਨੇ, ਅਤੇ ਤੀਸਰੇ ਉਹ ਲੋਕ ਜਿਹੜੇ ਕਿ ਦੇਸ਼ ਨਾਲ ਦੇਸ਼ ਦਰੋਹੀ ਕਰਦੇ ਨੇ। ਸੋ ਆਪ ਤੁਸੀਂ ਫੈਸਲਾ ਕਰੋ ਕਿ ਸਾਨੂੰ ਲੋੜ ਹੈ ਆਪਣੇ ਦੇਸ਼ ਦੇ ਵਿੱਚ ਐਸੇ ਲੋਕਾਂ ਦੀ? ਕੋਈ ਦੋਹਰੀ ਨਾਗਰਿਕਤਾ ਦਾ ਜਿਹੜਾ ਇਹ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਇੱਥੋਂ ਭੇਜ ਦਿੱਤਾ ਜਾਏਗਾ, ਅਤੇ ਖਾਸ ਤੌਰ 'ਤੇ ਪਹਿਲੀ ਗੱਲ ਤਾਂ ਇਹ ਭਾਰਤੀਆਂ 'ਤੇ ਲਾਗੂ ਹੀ ਨਹੀਂ ਹੁੰਦਾ, ਕਿਉਂਕਿ ਅਸੀਂ ਦੋਹਰੀ ਨਾਗਰਿਕਤਾ ਰੱਖਦੇ ਹੀ ਨਹੀਂ।
ਅਸੀਂ ਜੇਕਰ ਇੰਡੀਅਨ ਪਾਸਪੋਰਟ ਰੱਖਦੇ ਹਾਂ ਜਾਂ ਫਿਰ ਕੈਨੇਡੀਅਨ ਪਾਸਪੋਰਟ ਰੱਖਦੇ ਹਾਂ, ਜਦੋਂ ਅਸੀਂ ਕੈਨੇਡੀਅਨ ਸਿਟੀਜ਼ਨਸ਼ਿਪ ਲੈ ਲੈਂਦੇ ਹਾਂ ਤਾਂ ਸਾਨੂੰ ਵਾਪਸ ਕਰਨਾ ਪੈਂਦਾ ਇੰਡੀਅਨ ਪਾਸਪੋਰਟ, ਸੋ ਇਸ ਕਰਕੇ ਇਹ ਭਾਰਤੀਆਂ 'ਤੇ ਲਾਗੂ ਨਹੀਂ ਹੁੰਦਾ। ਹਾਂ, ਡਬਲ ਦੋਹਰੀ ਨਾਗਰਿਕਤਾ ਜਿਨ੍ਹਾਂ ਕੋਲ ਹੈਗੀ ਹੈ ਡੂਅਲ ਸਿਟੀਜ਼ਨਸ਼ਿਪ ਉਹਨਾਂ 'ਤੇ ਲਾਗੂ ਹੁੰਦਾ ਹੈ, ਪਰ ਆਮ ਬੰਦੇ 'ਤੇ ਨਹੀਂ। ਇਹ ਸਿਰਫ ਕਨਵਿਕਟਿਡ ਟੈਰਰਿਸਟ, ਨੰਬਰ 2 ਜਿਹੜੇ ਲੋਕ ਸਾਡੇ ਫੌਜੀਆਂ ਦੇ ਖਿਲਾਫ ਜੰਗ ਲੜਦੇ ਨੇ, ਅਤੇ ਨੰਬਰ 3 ਜਿਹੜੇ ਕਿ ਦੇਸ਼ ਨਾਲ ਦੇਸ਼ ਦਰੋਹੀ ਕਰਦੇ ਨੇ। ਸੋ ਆਪ ਫੈਸਲਾ ਕਰੋ ਕਿ ਅਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਇਹੋ ਜਿਹੇ ਕਾਨੂੰਨ ਨਾ ਲਿਆਈਏ। ਬ੍ਰਾਜ਼ੀਲ ਵਰਗੇ ਦੇਸ਼ਾਂ ਵਿੱਚ ਵੀ ਐਸੇ ਕਾਨੂੰਨ ਹੈਗੇ ਨੇ ਜਿੱਥੇ ਕਿ ਉਹ ਲੋਕ ਅੱਜ ਇੱਥੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅੱਤਵਾਦ ਦਾ ਡਰ ਵੱਧਦਾ ਜਾ ਰਿਹਾ ਹੈ, ਉਸ ਨੂੰ ਰੋਕਣ ਵਾਸਤੇ ਸਾਨੂੰ ਆਪਣੇ ਆਪ ਨੂੰ ਬਚਾਉਣਾ ਹੀ ਪਏਗਾ। ਅੱਛਾ, ਇੱਕ ਤੁਸੀਂ ਗੱਲ ਕੀਤੀ ਜੀ ਬਿੱਲ C-51 ਦੀ, ਇਹਦੇ ਬਾਰੇ ਵੀ ਮੈਂ ਜ਼ਿਕਰ ਕਰਦਾ ਕਿ ਇਸ ਬਿੱਲ ਦੇ ਅਧੀਨ ਇਹ ਨਹੀਂ ਕਿ ਕੋਈ ਵੀ ਵਿਅਕਤੀ ਪ੍ਰੋਟੈਸਟ ਨਹੀਂ ਕਰ ਸਕਦਾ, ਇਸ ਨੂੰ ਵੀ ਗਲਤ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਆਪੋਜੀਸ਼ਨ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਇਹ ਬਿੱਲ ਦੇ ਵਿੱਚ RCMP ਅਤੇ CCs ਕੋਲ ਜ਼ਿਆਦੀਆਂ ਪਾਵਰਸ ਹੋਣਗੀਆਂ। ਮਿਸਾਲ ਦੇ ਤੌਰ 'ਤੇ 4 ਮਹੀਨੇ ਹੋ ਗਏ ਇਸ ਬਿੱਲ ਨੂੰ ਲਾਗੂ ਹੋਏ ਹੋਏ, ਸੋ ਲੇਕਿਨ ਇੱਕੋ ਹੀ ਵਿਅਕਤੀ ਜੋ ਹੈ ਉਹ ਨੌਰਥ ਆਫ BC ਦੇ ਵਿੱਚ ISIS ਦੀ ਫਿਲੋਸਫੀ ਨੂੰ ਪ੍ਰੋਪੀਗੇਟ ਕਰ ਰਿਹਾ ਸੀ, ਉਸ ਨੂੰ ਸਿਰਫ ਚਾਰਜ ਕੀਤਾ ਗਿਆ। ਹੁਣ ਹੋਏਗਾ ਕੀ ਕਿ ਇਕੱਲੀ ਅਸੀਂ ਪਾਰਟੀਆਂ ਜਿਹੜਾ ਕਹਿੰਦੇ ਹਾਂ ਕਿ ਇਹਦੇ ਉੱਤੇ ਜੁਡੀਸ਼ੀਅਲ ਓਵਰਵੀ ਹੋਵੇ, ਅਸੀਂ ਨਹੀਂ ਕਹਿੰਦੇ ਕਿ ਸਿਆਸਤਦਾਨ ਪਾਰਲੀਮੈਂਟੇਰੀਅਨਸ ਜੋ ਹਨ ਇਹਦੇ 'ਤੇ ਓਵਰਲੁੱਕ ਕਰਨ, ਅਸੀਂ ਕਹਿੰਦੇ ਹਾਂ ਕਿ ਜੇਕਰ ਪੁਲਿਸ ਕਿਸੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲੈਂਦੀ ਏ, ਉਸ ਤੋਂ ਬਾਅਦ ਉਹ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਜੱਜ ਫੈਸਲਾ ਕਰੇ ਕਿ ਕੀ ਉਸਨੇ ਕੀਤਾ। ਪੁਲਿਸ ਦਾ ਕੰਮ ਹੈ ਕਿ ਉਹ ਸਾਰੇ ਸਬੂਤ ਜੱਜ ਦੇ ਸਾਹਮਣੇ ਪੇਸ਼ ਕਰੇ, ਅਤੇ ਉਸ ਤੋਂ ਬਾਅਦ ਜੱਜ ਜੋ ਹੈ ਉਹ ਫੈਸਲਾ ਕਰੇ ਕਿ ਉਹ ਵਿਅਕਤੀ ਨੇ ਕੁਝ ਗਲਤ ਕੀਤਾ ਕਿ ਨਹੀਂ ਕੀਤਾ। ਅਤੇ ਇਹਦੇ ਵਿੱਚ ਵੀ ਮਕਸਦ ਇਹੀ ਹੈ ਕਿ ਦੇਸ਼ ਦੀ ਸੁਰੱਖਿਆ ਜੋ ਹੈ ਲੋਕਾਂ ਦੀ ਸੇਫਗਾਰਡ ਕੀਤਾ ਜਾਏ ਉਹਨਾਂ ਨੂੰ, ਇਸੇ ਕਰਕੇ ਇਹ ਬਿੱਲ ਜੋ ਲਿਆਂਦਾ ਗਿਆ। ਆਮ ਨਾਗਰਿਕ ਨੂੰ ਕੋਈ ਡਰ ਨਹੀਂ, ਤੁਸੀਂ ਕਿਸੇ ਦੇ ਖਿਲਾਫ ਵੀ ਪ੍ਰੋਟੈਸਟ ਕਰ ਸਕਦੇ ਹੋ। ਕੋਈ ਇਨਵਾਇਰਮੈਂਟ ਪ੍ਰਤੀ ਜਿਸ ਤਰ੍ਹਾਂ ਕੁਝ ਕਿਹਾ ਜਾ ਰਿਹਾ ਕਿ ਜੀ ਇਨਵਾਇਰਮੈਂਟ ਦੇ ਹੱਕ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਪ੍ਰੋਟੈਸਟ ਨਹੀਂ ਕੀਤਾ ਜਾਏਗਾ, ਇਹ ਸਭ ਸਰਾਸਰ ਗਲਤ ਹੈ। ਕੋਈ ਵੀ ਵਿਅਕਤੀ ਨੂੰ ਪੂਰਾ ਅਧਿਕਾਰ ਹੈ ਚਾਰਟਰ ਆਫ ਰਾਈਟਸ ਦੇ ਅਧੀਨ ਕਿ ਉਹ ਇਸ ਅਗੇਂਸਟ ਜਾ ਕੇ ਕਿਸੇ ਵੀ ਪਾਰਟੀ ਦੇ ਜੋ ਹੈ ਉਹ ਪ੍ਰੋਟੈਸਟ ਕਰ ਸਕਦਾ ਹੈ। ਸੋ ਇਹ ਮੈਂ ਦੁਬਾਰਾ ਤੋਂ ਦੁਹਰਾਉਣਾ ਚਾਹਾਂਗਾ ਕਿ ਬਿੱਲ C-24 ਸਾਡੇ ਉੱਤੇ ਲਾਗੂ ਨਹੀਂ ਹੁੰਦਾ, ਇਹ ਸਿਰਫ ਡੂਅਲ ਸਿਟੀਜ਼ਨਸ 'ਤੇ ਹੈ। ਅਤੇ ਨੰਬਰ 2, ਬਿੱਲ C-51 ਦੇ ਅਧੀਨ ਕੋਈ ਆਮ ਨਾਗਰਿਕ ਜੋ ਹੈ ਉਸਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ, ਕਿਉਂਕਿ ਇਸ ਦੇ ਅਧੀਨ ਉਹੀ ਲੋਕ ਸ਼ਿਕੰਜੇ 'ਚ ਕੀਤੇ ਜਾਣਗੇ ਜਿਹੜੇ ਦੇਸ਼ ਦੇ ਖਿਲਾਫ ਗਲਤ ਇੰਟੈਂਸ਼ਨਸ ਰੱਖਦੇ ਨੇ। ਜੀ, ਇਮੀਗ੍ਰੇਸ਼ਨ ਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਤੁਹਾਡੀ ਸਰਕਾਰ ਦੇ ਉੱਤੇ ਦੋਸ਼ ਹੈ ਕਿ ਬਹੁਤ ਇਮੀਗ੍ਰੇਸ਼ਨ ਕੱਟੀ ਉਹਨਾਂ ਨੇ। ਜੀ, ਅਗੇਨ ਜਿਹੜੀ ਤੁਸੀਂ ਗੱਲ ਕੀਤੀ, ਹੈਰਾਨੀ ਹੁੰਦੀ ਹੈ ਕਿ ਕਿਸ ਤਰ੍ਹਾਂ ਆਪੋਜੀਸ਼ਨ ਟਵਿਸਟ ਕਰਦੀ ਹੈ। ਦੇਖੋ, ਜਿਹੜੇ ਆਂਕੜੇ ਨੇ ਉਹਨਾਂ ਨੂੰ ਗਲਤ ਨਹੀਂ ਪੇਸ਼ ਕੀਤਾ ਜਾ ਸਕਦਾ। 1995 ਤੋਂ ਲੈ ਕੇ 2005 ਤੱਕ ਜਦੋਂ ਲਿਬਰਲ ਸਰਕਾਰ ਇੱਥੇ ਸੀ ਤਾਂ ਐਵਰੇਜ 2,22,000 ਲੋਕ ਆਇਆ ਕਰਦੇ ਸੀ। 2006 ਤੋਂ ਲੈ ਕੇ ਹੁਣ ਤੱਕ ਇਸ ਸਰਕਾਰ ਨੇ 2,58,000 ਲੋਕ ਇੱਥੇ ਲਿਆਉਂਦੇ ਨੇ, ਸੋ ਇਮੀਗ੍ਰੇਸ਼ਨ ਵਧੀ ਹੈ। ਦੂਸਰੇ ਪਾਸੇ ਫੈਮਿਲੀ ਕਲਾਸ ਦੇ ਸੰਬੰਧ ਵਿੱਚ ਕਿਹਾ ਜਾਂਦਾ ਕਿ ਜੀ ਕਟੌਤੀ ਕੀਤੀ ਗਈ। ਇੱਥੇ ਵੀ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਅੰਕੜੇ ਕਿ ਲਿਬਰਲਸ ਦੇ ਸਮੇਂ 60,723 ਪੇਰੈਂਟਸ ਜਿਹੜੇ ਨੇ ਅਤੇ ਹੋਰ ਲੋਕ ਜਿਹੜੇ ਫੈਮਿਲੀ ਕਲਾਸ ਦੇ ਅਧੀਨ ਸੀ ਇੱਥੇ ਲਿਆਉਂਦੇ ਗਏ 1995 ਤੋਂ ਲੈ ਕੇ 2005 ਤੱਕ। ਅਤੇ ਸਾਡੀ ਸਰਕਾਰ ਨੇ 66,114 ਵਿਅਕਤੀ ਜਿਹੜੇ ਨੇ ਫੈਮਿਲੀ ਕਲਾਸ ਦੇ ਅਧੀਨ ਲਿਆਂਦੇ, ਯਾਨੀ ਕਿ 6,000 ਦਾ ਵਾਧਾ ਹੋਇਆ। ਸੋ ਬੜੀ ਹੈਰਾਨੀ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਆਪੋਜੀਸ਼ਨ ਇਸ ਨੂੰ ਗਲਤ ਕਹਿੰਦੀ ਹੈ। ਹਾਂ, ਰਿਫੋਰਮਸ ਦੀ ਜ਼ਰੂਰ ਲੋੜ ਹੈ। ਭਾਰਤ ਤੋਂ, ਖਾਸ ਤੌਰ ਦੇ ਉੱਤੇ ਚੰਡੀਗੜ੍ਹ ਤੋਂ ਜਿਹੜਾ ਵੀਜ਼ਾ ਅਸੈਪਟੈਂਸ ਦੀ ਹੈ ਉਹ ਵੀ ਬਹੁਤ ਉੱਚੇ ਨੂੰ ਗਈ ਹੈ, ਪਰ ਜਿਹੜੀਆਂ ਕਮੀਆਂ ਨੇ ਉਹ ਤਦ ਹੀ ਠੀਕ ਹੋਣਗੀਆਂ ਜੇਕਰ ਤੁਸੀਂ ਚੁਣ ਕੇ ਮੈਨੂੰ ਭੇਜ ਦਿਓ ਅਤੇ ਉੱਥੇ ਅਸੀਂ ਆਪਣੀ ਕਮਿਊਨਿਟੀ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ। ਸੋ ਇਮੀਗ੍ਰੇਸ਼ਨ ਦੇ ਪ੍ਰਤੀ ਹਾਈਐਸਟ ਲੈਵਲ ਆਫ ਸਸਟੇਨਡ ਇਮੀਗ੍ਰੇਸ਼ਨ ਜਿਹੜੀ ਹੈ ਉਹ ਇਸ ਸਰਕਾਰ ਨੇ ਲਿਆਂਦੀ ਹੈਗੀ ਹੈ, ਅਤੇ ਉਸ ਦੇ ਉੱਤੇ ਸਾਨੂੰ ਸਾਰਿਆਂ ਨੂੰ ਬੜਾ ਮਾਣ ਹੈ। ਜਿਹੜੀਆਂ ਤਰੁੱਟੀਆਂ ਨੇ ਉਹਨਾਂ ਨੂੰ ਅਸੀਂ ਜ਼ਰੂਰ ਖਤਮ ਕਰਾਂਗੇ। ਰਿਫਿਊਜੀ ਕ੍ਰਾਈਸਿਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਦੈਟ ਨੀਡਸ ਟੂ ਬੀ ਡੈਲਟ ਸਟਰੋਂਗਲੀ। ਅਤੇ ਤੁਸੀਂ ਹੋਰ ਬੰਦੇ ਕਿਉਂ ਨਹੀਂ ਰਿਫਿਊਜੀਸ ਲੈ ਕੇ ਆ ਰਹੇ ਉਧਰੋਂ? ਜੀ, ਬਹੁਤ ਸੋਹਣੀ ਗੱਲ ਤੁਸੀਂ ਕੀਤੀ ਜੀ। ਰੈਫਿਊਜੀ ਕ੍ਰਾਈਸਿਸ ਸਮੇਂ ਦੁਨੀਆ ਭਰ ਦੇ ਵਿੱਚ ਜੋ ਸੀਰੀਆ ਅਤੇ ਇਰਾਕ ਵਿੱਚ ਹੋ ਰਿਹਾ ਉਸ ਦੇ ਉੱਤੇ ਸਭ ਦੀ ਨਜ਼ਰਾਂ ਟਿੱਕੀਆਂ ਨੇ, ਅਤੇ ਕੈਨੇਡਾ ਸਰਕਾਰ ਵੀ ਜੋ ਹੈ ਉਹ ਵੀ ਇਹੀ ਬਿਲੀਵ ਕਰਦੀ ਹੈ ਕਿ ਲੋਕਾਂ ਨੂੰ ਹਿਊਮੈਨੀਟੇਰੀਅਨ ਅਸਿਸਟੈਂਸ ਦਿੱਤੀ ਜਾਵੇ। ਅਤੇ ਅਗੇਨ, ਸਾਨੂੰ ਬੜਾ ਮਾਣ ਹੈ ਕਿ ਅਸੀਂ $700 million ਜੋ ਹੈ ਉਹ ਦੇ ਚੁੱਕੇ ਹਾਂ ਅਸੀਂ। ਲੇਕਿਨ ਅਨਲਾਈਕ ਆਪੋਜੀਸ਼ਨ ਅਤੇ ਖਾਸ ਤੌਰ 'ਤੇ NDP ਵਾਂਗੂ ਨਹੀਂ ਬਿਹੇਵ ਕਰਦੇ ਕਿ ਇੱਕ ਹਿਊਮਨ ਟ੍ਰੈਜਡੀ ਨੂੰ ਅਸੀਂ ਪੋਲੀਟੀਕਲ ਉਹਦੇ ਕੋਨੋਟੇਸ਼ਨਸ ਉਹਦੇ ਵਿੱਚ ਲਿਆਈਏ। ਮਿਸਾਲ ਦੇ ਤੌਰ ਦੇ ਉੱਤੇ NDP ਦੇ MP ਨੇ ਇਹ ਦੋਸ਼ ਲਾਇਆ ਸੀ ਕਿ ਜੀ ਉਹ ਤੁਹਾਨੂੰ ਯਾਦ ਹੋਏਗਾ ਤਕਰੀਬਨ ਮਹੀਨਾ ਪਹਿਲਾਂ ਇੱਕ ਬੱਚੇ ਦੀ ਲਾਸ਼ ਜਦੋਂ ਸਮੁੰਦਰ ਦੇ ਕਿਨਾਰੇ ਆ ਕੇ ਸਾਰੀ ਦੁਨੀਆ ਦੇ ਉੱਤੇ ਥੱਲੀ ਮਚ ਗਈ ਕਿ ਕੈਨੇਡਾ ਨੇ ਇਸ ਨੂੰ ਅੰਦਰ ਨਹੀਂ ਲਿਆਂਦਾ, ਰੈਫਿਊਜੀ ਕੇਸ ਨਹੀਂ ਐਕਸੈਪਟ ਕੀਤਾ। ਪਰ ਜਦੋਂ ਸਰਕਾਰ ਤੱਕ ਉਹ ਰੈਫਿਊਜੀ ਐਪਲੀਕੇਸ਼ਨ ਹੀ ਨਹੀਂ ਪਹੁੰਚੇਗੀ ਤਾਂ ਸਰਕਾਰ ਦੇ ਕੋਲ ਕੋਈ ਜਾਦੂ ਦੀ ਛੜੀ ਥੋੜ੍ਹਾ ਹੈ। ਸੋ ਅਸੀਂ ਇਹ ਬਿਲੀਵ ਕਰਦੇ ਹਾਂ ਕਿ ਜਿੱਥੇ $700 million ਦਿੱਤਾ ਗਿਆ, ਪਰ ਨਾਲ ਇਹਦਾ ਕਾਰਨ ਕੀ ਹੈ? ਅਸੀਂ ਇਕੱਲੀ ਪਾਰਟੀਆਂ ਜਿਹੜੇ ਬਿਲੀਵ ਕਰਦੇ ਹਾਂ ਕਿ ISIS ਵੱਲੋਂ ਜੋ ਇਹ ਉੱਥੇ
ਤਰਥੱਲੀ ਮਚਾਈ ਜਾ ਰਹੀ ਉਸ ਨੂੰ ਖਤਮ ਕਰਨ ਵਾਸਤੇ ਮਿਲਟਰੀ ਇੰਟਰਵੈਂਸ਼ਨ ਵੀ ਹੋਵੇ ਤੇ ਅਸੀਂ ਜੋ ਸਾਡਾ ਵੈਸਟਰਨ ਐਸੋਸੀਏਸ਼ਨ ਹੈ ਪਾਵਰਸ ਦੀ ਉਹਦੇ ਨਾਲ ਰਲ ਕੇ ਆਈਸਿਸ ਦੇ ਠਿਕਾਣਿਆਂ ਤੇ ਹਮਲਾ ਵੀ ਕਰ ਰਹੇ ਹਾਂ। ਪਰ ਨਾਲ ਨਾਲ ਰੈਫਿਊਜੀਜ਼ ਨੂੰ ਇੱਥੇ ਲਿਆਂਦਾ ਜਾ ਰਿਹਾ ਹੈਗਾ ਤੇ ਸਰਕਾਰ ਨੇ ਕਿਹਾ ਹੈ ਕਿ 10,000 ਹੋਰ ਰੈਫਿਊਜੀਜ਼ ਜਿਹੜੇ ਨੇ ਲਿਆਂਦੇ ਜਾਣਗੇ। ਪਰ ਅਸੀਂ ਆਪੋਜੀਸ਼ਨ ਪਾਰਟੀਜ਼ ਵਾਂਗੂ ਸਿਰਫ ਵੋਟਾਂ ਦੀ ਖਾਤਰ ਨਹੀਂ ਕਹਿ ਰਹੇ, ਅਸੀਂ ਕਹਿੰਦੇ ਹਾਂ ਕਿ ਸਕਰੀਨਿੰਗ ਜ਼ਰੂਰ ਕੀਤੀ ਜਾਵੇ। ਜਿਹੜਾ ਵਿਅਕਤੀ ਇੱਥੇ ਆ ਰਿਹਾ, ਤੁਸੀਂ ਆਪੇ ਖਬਰਾਂ ਵੀ ਵੇਖ ਚੁੱਕੇ ਹੋ ਕਿ ਯੂਰਪ ਦੇ ਵਿੱਚ ਜਿਸ ਤਰ੍ਹਾਂ ਓਪਨ ਕੀਤੇ ਗਏ ਸੀ ਬਾਰਡਰਸ, ਉਸ ਤੋਂ ਬਾਅਦ ਬੰਦ ਕਰਨੇ ਪਏ ਕਿਉਂਕਿ ਉੱਥੇ ਵੀ ਆਈਸਿਸ ਵੱਲੋਂ ਇਹ ਘੋਸ਼ਣਾ ਕੀਤੀ ਗਈ ਕਿ ਅਸੀਂ ਆਪਣੇ ਬੰਦਿਆਂ ਨੂੰ ਉੱਥੇ ਵਾੜ ਦਿੱਤਾ ਹੈ। ਸੋ ਸਕਰੀਨਿੰਗ ਕਰਕੇ ਅਸੀਂ ਰੈਫਿਊਜੀਜ਼ ਨੂੰ ਇੱਥੇ ਲਿਆ ਰਹੇ ਹਾਂ ਅਤੇ ਰੈਫਿਊਜੀਜ਼ ਇਸੇ ਤਰੀਕੇ ਨਾਲ ਇੱਥੇ ਆਉਂਦੇ ਰਹਿਣਗੇ ਕਿਉਂਕਿ ਕੈਨੇਡਾ ਇੱਕ ਕੰਪੈਸ਼ਨੇਟ ਨੇਸ਼ਨ ਹੈ। ਤੁਸੀਂ ਸਰੀ ਨਿਊਟਨ ਤੋਂ ਖੜੇ ਹੋ ਰਹੇ ਹੋ ਜੀ, ਅਤੇ ਇਹਦੇ ਮੁੱਦਿਆਂ ਨੂੰ ਤੁਸੀਂ ਕਿਸ ਤਰ੍ਹਾਂ ਸੋਲਵ ਕਰੋਗੇ? ਜੀ, ਸਰੀ ਦੇ ਨਿਊਟਨ ਦੇ ਵਿੱਚ ਜਿਹੜੇ ਖਾਸ ਤੌਰ 'ਤੇ ਮੁੱਦੇ ਨੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ, ਕ੍ਰਾਈਮ ਹੈਗਾ। ਕ੍ਰਾਈਮ ਨੂੰ ਨਿਬੜਨ ਲਈ ਮੈਂ ਸਮਝਣਾ ਕਿ ਇੱਥੇ ਲੋਕਾਂ ਦੀ ਇਨਵੋਲਵਮੈਂਟ ਬਹੁਤ ਜ਼ਰੂਰੀ ਹੈ। ਮੈਂ ਆਪਣੀ ਰਾਈਡਿੰਗ ਨੂੰ 4 ਹਿੱਸਿਆਂ ਵਿੱਚ ਡਿਵਾਈਡ ਕਰਾਂਗਾ। ਹਰ 2 ਮਹੀਨਿਆਂ ਬਾਅਦ ਉੱਥੇ ਓਪਨ ਟਾਊਨ ਹਾਲ ਮੀਟਿੰਗਸ ਕਰਾਂਗੇ ਕਿਉਂਕਿ ਮੈਂ ਚਾਹੁੰਦਾ ਕਿ ਲੋਕਾਂ ਨੂੰ ਜ਼ਰੂਰ ਇਨਵੋਲਵ ਕੀਤਾ ਜਾਏ ਡਿਸੀਜਨ ਮੇਕਿੰਗ ਵਿੱਚ। ਅਨਲਾਈਕ ਬਾਕੀ ਪੋਲੀਟੀਸ਼ੀਅਨਸ, ਮੈਂ ਪਹਿਲਾਂ ਵੀ ਦੱਸਿਆ ਕਿ ਮੈਂ 19,000 ਘਰ ਆਪ ਜਾ ਕੇ ਡੋਰ ਨੌਕ ਕੀਤੇ, ਮੈਨੂੰ ਲੋਕਾਂ ਦੀ ਪਲਸ ਪਤਾ ਹੈ ਕਿ ਉਹ ਕੀ ਚਾਹ ਰਹੇ ਨੇ, ਕਿਸ ਤਰੀਕੇ ਨਾਲ ਸਮੱਸਿਆ ਹੱਲ ਹੋ ਸਕਦੀ ਹੈ। ਇਹ ਨਹੀਂ ਕਿ ਸਿਰਫ ਇਲੈਕਸ਼ਨ ਦੇ ਸਮੇਂ ਹੀ ਤੁਹਾਡੇ ਕੋਲ ਆ ਕੇ ਵੋਟਾਂ ਮੰਗੀਆਂ ਜਾਣ। ਮੈਂ ਇਸ ਰਾਈਡਿੰਗ ਨੂੰ 4 ਹਿੱਸਿਆਂ 'ਚ ਵੰਡ ਕੇ ਹਰ 2 ਮਹੀਨੇ ਬਾਅਦ ਓਪਨ ਟਾਊਨ ਹਾਲ ਮੀਟਿੰਗ ਰਾਹੀਂ ਤੁਹਾਨੂੰ ਸੱਦਾਂਗਾ। ਉੱਥੇ ਅਸੀਂ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ। ਗੁਰਬਾਣੀ ਵੀ ਸਾਨੂੰ ਇਹੀ ਕਹਿੰਦੀ ਹੈ, ਹੋਵੋ 71 ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ। ਜਦੋਂ ਕੋਈ ਸਮੱਸਿਆ ਪੈਂਦੀ ਹੈ ਤਾਂ ਸਾਨੂੰ ਸਭ ਨੂੰ ਰਲ ਮਿਲ ਕੇ ਹੀ ਸਮੱਸਿਆ ਨੂੰ ਸੋਲਵ ਕਰਨਾ ਚਾਹੀਦਾ ਹੈ। ਸੋ ਉਸ ਮੀਟਿੰਗ ਦੇ ਵਿੱਚ ਮੈਂ ਹੋਵਾਂਗਾ, ਲਾਅ ਇਨਫੋਰਸਮੈਂਟ ਏਜੰਸੀਜ਼ ਹੋਣਗੀਆਂ, ਕਾਉਂਸਲਰਸ ਹੋਣਗੇ, ਸਰਕਾਰੀ ਏਜੰਸੀਜ਼ ਹੋਣਗੀਆਂ, ਅਤੇ ਅਸੀਂ ਵੱਖਰੇ ਵੱਖਰੇ ਜਿਹੜੇ ਸਲਿਊਸ਼ਨਸ ਨੇ ਉਹਨਾਂ ਦੇ ਉੱਤੇ ਕੰਮ ਕਰਕੇ ਇਹ ਫੈਸਲਾ ਕਰਾਂਗੇ ਕਿ ਕਿਹੜੇ ਇਸ਼ੂ ਨੂੰ ਸੋਲਵ ਕੀਤਾ ਜਾਏ। ਹੁਣ ਸਾਰੇ ਕੈਨੇਡਾ ਭਰ ਵਿੱਚ ਤਾਂ ਕ੍ਰਾਈਮ ਥੱਲੇ ਜਾ ਰਿਹਾ, ਪਰ ਸਰੀ ਨਿਊਟਨ 'ਚ ਕਿਉਂ ਵੱਧ ਰਿਹਾ? ਸੋ ਇਸ ਦਾ ਕੋਈ ਖਾਸ ਕਾਰਨ ਹੋਏਗਾ? ਸੋ ਬੈਠ ਕੇ ਉਸ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਕਰਕੇ ਸਲਿਊਸ਼ਨ ਕਰਾਂਗੇ। ਨਾਲ ਮੈਂ ਸਮਝਣਾ ਕਿ ਪੇਰੈਂਟਿੰਗ ਬਹੁਤ ਜ਼ਰੂਰੀ ਹੈ ਬੱਚਿਆਂ ਵਾਸਤੇ ਵੀ ਅਤੇ ਮਾਪਿਆਂ ਵਾਸਤੇ ਵੀ, ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਬੱਚੇ ਸਾਡੇ ਨਾਲ ਕਿਉਂ ਨਹੀਂ ਜੁੜ ਰਹੇ, ਕਿਉਂਕਿ ਅਸੀਂ ਖਾਸ ਤੌਰ ਦੇ ਉੱਤੇ ਗੱਲਾਂ ਤਾਂ ਬਹੁਤ ਕਰਦੇ ਹਾਂ ਪਰ ਉਸ ਦੇ ਉੱਤੇ ਤੁਰਦੇ ਨਹੀਂ। ਸੋ ਬੱਚੇ ਸਾਡੇ ਇਸ ਦੇ ਨਾਲ ਖੁਸ਼ ਨਹੀਂ ਨੇ, ਬੱਚਿਆਂ ਨੂੰ ਜੋੜਨ ਵਾਸਤੇ ਉਹਨਾਂ ਨੂੰ ਵੀ ਇਨਵੋਲਵ ਕਰਨਾ ਬਹੁਤ ਜ਼ਰੂਰੀ ਹੈ। ਸੋ ਉਸ ਵਾਸਤੇ ਮੇਰਾ ਆਫਿਸ ਇੱਕ ਹੱਬ ਬਣੇਗਾ ਜਿੱਥੋਂ ਕਿ ਅਸੀਂ ਪੇਰੈਂਟਿੰਗ ਮੋਡਿਊਲਸ ਲਿਆ ਕੇ ਉਹਦੇ 'ਤੇ ਵੀ ਕੰਮ ਕਰਾਂਗੇ। ਅਤੇ ਆਫਕੋਰਸ ਥਰਡ ਪੁਲਿਸ ਜਿਹੜੀ ਹੈ ਇੱਥੇ ਹੋਰ ਲਿਆਂਦੀ ਜਾਏਗੀ, ਪਰ ਨਾਲ ਸਖਤ ਕਾਨੂੰਨ ਲਿਆਉਂਦੇ ਜਾਣਗੇ ਤਾਂ ਕਿ ਲੋਕਾਂ ਨੂੰ ਉਹ ਵਿਅਕਤੀ ਜਿਹੜੇ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਡਰ ਹੋਵੇ ਕਿ ਜੇਕਰ ਅਸੀਂ ਫੜੇ ਜਾਂਦੇ ਹਾਂ, ਇਹ ਨਾ ਹੋਏ ਕਿ ਅਸੀਂ ਜੇਲ੍ਹ 'ਚ ਜਾਈਏ ਤਾਂ ਫਿਰ ਛੁੱਟ ਕੇ ਆ ਜਾਈਏ। ਉਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਤੌਰ ਦੇ ਉੱਤੇ ਸਖਤ ਕਾਨੂੰਨ ਲੈ ਕੇ ਆਵਾਂਗੇ ਤਾਂ ਕਿ ਉਹਨਾਂ ਨੂੰ ਡਰ ਹੋਵੇ। ਦੂਸਰਾ ਮੁੱਦਾ ਹੈ ਕਿ ਇੱਥੇ ਮੈਂ ਚਾਹੁੰਦਾ ਕਿ ਇੱਕ ਕਮਿਊਨਿਟੀ ਸੈਂਟਰ ਕ੍ਰੀਏਟ ਕੀਤਾ ਜਾਵੇ ਜਿੱਥੇ ਕਿ ਖਾਸ ਤੌਰ ਦੇ ਉੱਤੇ ਸਾਡੇ ਬਜ਼ੁਰਗ ਜਿਹੜੇ ਆਮ ਤੌਰ ਦੇ ਉੱਤੇ ਆਪਣਾ ਸਮਾਂ ਪਾਰਕਸ ਵਿੱਚ ਜਾਂ ਗੁਰਦੁਆਰਿਆਂ ਦੇ ਬਾਹਰ ਬਿਤਾਉਂਦੇ ਨੇ, ਉਹਨਾਂ ਵਾਸਤੇ ਇੱਕ ਰਿਸੋਰਸ ਸੈਂਟਰ ਬਣੇ। ਉੱਥੇ ਹੀ ਬੱਚਿਆਂ ਦੇ ਖੇਡਣ ਵਾਸਤੇ ਵੀ ਕੋਈ ਐਸੀ ਥਾਂ ਬਣਾਈ ਜਾਏ, ਨਾਲ ਉੱਥੇ ਕਾਉਂਸਲਿੰਗ ਵੀ ਦਿੱਤੀ ਜਾਵੇ। ਐਲਡਰ ਅਬਿਊਜ਼ ਵੱਧ ਰਿਹਾ, ਡੋਮੈਸਟਿਕ ਵਾਇਲੈਂਸ ਵੱਧ ਰਿਹਾ, ਡਰੱਗ ਅਬਿਊਜ਼ ਵੱਧ ਰਿਹਾ। ਸੋ ਆਪਣੇ ਮਾਪਿਆਂ ਨੂੰ, ਆਪਣੇ ਬੱਚਿਆਂ ਨੂੰ, ਆਪਣੀਆਂ ਬੀਬੀਆਂ ਭੈਣਾਂ ਨੂੰ ਦੱਸਣ ਵਾਸਤੇ ਕਿ ਕਿਹੜੀ ਕਿਹੜੀ ਸਾਡੇ ਕੋਲ ਫੈਸਿਲਿਟੀਜ਼ ਅਵੇਲੇਬਲ ਨੇ ਜਿਨ੍ਹਾਂ ਦਾ ਅਸੀਂ ਫਾਇਦਾ ਲੈ ਸਕਦੇ ਹਾਂ, ਉਹ ਵੀ ਮੈਂ ਇੰਟਰੋਡਿਊਸ ਕਰਾਂਗਾ। ਤੀਸਰੀ ਗੱਲ ਇਕਾਨਮੀ ਦੀ ਜਦੋਂ ਅਸੀਂ ਕਰਦੇ ਹਾਂ, ਬੜਾ ਮਾਣ ਹੈ ਕਿ ਸਾਡੀ ਸਰਕਾਰ ਵੱਲੋਂ ਭਾਵੇਂ ਡਿਪਰੈਸ਼ਨ ਆਇਆ ਅਤੇ ਰਿਸੈਸ਼ਨ ਆਇਆ ਦੁਨੀਆ ਭਰ ਦੇ ਵਿੱਚ, ਲੇਕਿਨ ਸਰਕਾਰ ਨੇ ਇਨਕਮ ਗਰੋਥ, ਇਕਨੋਮਿਕ ਗਰੋਥ ਦੇ ਵਿੱਚ ਪਹਿਲ ਕੀਤੀ। 1.3 ਮਿਲੀਅਨ ਨੈੱਟ ਜੋਬਸ ਕ੍ਰੀਏਟ ਕੀਤੇ ਗਏ ਨੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ਨੇ ਵਾਅਦਾ ਕੀਤਾ ਕਿ ਹੋਰ ਜੋਬਸ ਕ੍ਰੀਏਟ ਕੀਤੇ ਜਾਣਗੇ ਤਾਂ ਕਿ ਖਾਸ ਤੌਰ 'ਤੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਜੋਬਸ ਮਿਲ ਸਕਣ ਅਤੇ ਇਸੇ ਤਰੀਕੇ ਨਾਲ ਅਸੀਂ ਆਪਣੀ ਇਕਨੋਮਿਕ ਵਿਵਸਥਾ ਜੋ ਇਸ ਨੂੰ ਸਟਰੋਂਗ ਕਰ ਸਕੀਏ। ਇਸ ਦੇ ਨਾਲ ਨਾਲ ਮੈਂ ਸਮਝਣਾ ਕਿ ਲੋਕਾਂ ਨੂੰ ਕਕੂਨਸ 'ਚੋਂ ਕੱਢ ਕੇ ਇੰਟੈਗ੍ਰੇਸ਼ਨ ਕਰਨੀ ਬਹੁਤ ਜ਼ਰੂਰੀ ਹੈ, ਜਿਸ ਦੇ ਉੱਤੇ ਮੈਂ ਪੂਰਾ ਜ਼ੋਰ ਦਾਂਗਾ ਅਤੇ ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਕਿ ਇਸ ਦੇ ਉੱਤੇ ਅਸੀਂ ਸਾਰੇ ਰਲ ਮਿਲ ਕੇ ਹੀ ਸਰੀ ਨਿਊਟਨ ਵਿੱਚ ਇੱਕ ਚੇਂਜ ਲਿਆ ਸਕਦੇ ਹਾਂ। ਅਤੇ ਲਾਸਟਲੀ ਦੱਸਣਾ ਚਾਹੋਗੇ ਤੁਸੀਂ ਲੋਕੀ ਤੁਹਾਨੂੰ ਕਿਉਂ ਵੋਟ ਕਰਨ? ਮੈਂ ਇੱਕ ਇਮਾਨਦਾਰ ਅਤੇ ਮਿਹਨਤ ਕਰਨ ਵਾਲਾ ਵਿਅਕਤੀ ਹਾਂ ਜਿਸਨੇ ਕਿ ਆਪਣੇ ਆਪ ਲੋਕਾਂ ਨਾਲ ਜਾ ਕੇ ਪਿਛਲੇ 23 ਸਾਲਾਂ ਦੇ ਵਿੱਚ ਪੱਤਰਕਾਰੀ ਦੇ ਫੀਲਡ ਵਿੱਚ ਵੀ ਹਮੇਸ਼ਾ ਹੀ ਕਮਿਊਨਿਟੀ ਦੇ ਮੁੱਦਿਆਂ ਨੂੰ ਚੁੱਕਿਆ। ਸਿਆਸਤ ਨੂੰ ਅਸੀਂ ਇੱਕ ਵੱਖਰੇ ਅੰਦਾਜ਼ ਨਾਲ ਦੇਖਦੇ ਹਾਂ। ਸਿਆਸਤ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਸਿਆਸਤ ਹੀ ਲਿਆਉਣ ਦੀ ਲੋੜ ਹੈ, ਲੇਕਿਨ ਮੈਂ ਸਮਝਣਾ ਕਿ ਇੱਥੇ ਵੀ ਅਸੀਂ ਇਮਾਨਦਾਰੀ ਨਾਲ ਕੰਮ ਕਰ ਸਕਦੇ ਹਾਂ। ਅਤੇ ਪਿਛਲੇ ਸਮੇਂ ਦੇ ਦੌਰਾਨ ਮੈਂ ਨੌਜਵਾਨਾਂ ਨੂੰ ਨਾਲ ਜੋੜਿਆ ਕਿਉਂਕਿ ਉਹਨਾਂ ਕੋਲ ਵਿਜ਼ਨ ਹੈ, ਸਾਡੇ ਕੋਲ ਐਕਸਪੀਰੀਅੰਸ ਹੈ। ਜਦੋਂ ਇਸ ਨੂੰ ਅਸੀਂ ਕੰਬਾਈਨ ਕਰਾਂਗੇ ਤਾਂ ਡੈਫੀਨੇਟਲੀ ਚੰਗੇ ਰਿਜ਼ਲਟਸ ਆਉਣਗੇ। ਸੋ ਸਰੀ ਨਿਊਟਨ ਦੇ ਵਿੱਚ ਤੁਸੀਂ ਪਹਿਲਾਂ ਦੇਖ ਚੁੱਕੇ ਹੋ, ਦੋਨੋਂ ਉਮੀਦਵਾਰਾਂ ਨੂੰ MP ਰਹਿ ਚੁੱਕੇ ਨੇ, ਉਹਨਾਂ ਨੇ ਕੀ ਕੀਤਾ ਹੈ। ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਤੁਹਾਨੂੰ ਇਨਵੋਲਵ ਕਰਕੇ ਜਿਹੜੇ ਫੈਸਲੇ ਅਸੀਂ ਕਰਨੇ ਉਸ ਦੇ ਵਿੱਚ ਹਿੱਸਾ ਬਣੋਗੇ ਤੁਸੀਂ, ਤਾਂ ਕਿ ਅਸੀਂ ਸਾਰੇ ਰਲ ਮਿਲ ਕੇ ਉਹ ਚੇਂਜ ਲਿਆ ਸਕੀਏ ਜਿਹੜੀ ਕਿ ਅਸੀਂ ਇੱਥੇ ਚਾਹੁੰਦੇ ਹੈਗੇ ਹਾਂ। ਸਰੀ ਨਿਊਟਨ ਇੱਕ ਬਹੁਤ ਹੀ ਫਾਸਟ ਗਰੋਇੰਗ ਸਿਟੀ ਹੈ ਅਤੇ
ਜੋਬਸ ਕ੍ਰੀਏਸ਼ਨ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਬਹੁਤ ਚੰਗਾ ਰੋਲ ਨਿਭਾਇਆ ਹੈ, ਅਤੇ ਸਰੀ ਨਿਊਟਨ ਦੇ ਵਿੱਚ ਮੈਂ ਸਮਝਣਾ ਕਿ ਇੱਥੇ ਹੋਰ ਫੈਕਟਰੀਜ਼ ਲਾ ਕੇ ਆਪਣੇ ਬੱਚਿਆਂ ਵਾਸਤੇ ਜੋਬ ਕ੍ਰੀਏਸ਼ਨ ਕਰਨ ਵਾਸਤੇ ਅਸੀਂ ਹੋਰ ਬਹੁਤ ਚੰਗਾ ਕੰਮ ਕਰ ਸਕਦੇ ਹਾਂ। ਸੋ 19 ਅਕਤੂਬਰ ਨੂੰ ਆਪ ਸਭ ਨੂੰ ਬੇਨਤੀ ਹੈ ਕਿ ਮੈਨੂੰ ਵੋਟ ਪਾਓ, ਕਿਉਂਕਿ ਮੈਂ ਤੁਹਾਡਾ ਅਜ਼ਮਾਇਆ ਹੋਇਆ ਇੱਕ ਵਿਅਕਤੀ ਹਾਂ ਜਿਸਨੇ ਕਿ ਹਮੇਸ਼ਾ ਹੀ ਕਮਿਊਨਿਟੀ ਦੀ ਗੱਲ ਕੀਤੀ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਅਸੀਂ ਸੋਲਵ ਕਰਾਂਗੇ।